ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਉਤਸਵ ਬੜੇ ਹਰਸ਼ੋਲਾਸ ਕੇ ਸਾਥ ਬੜੇ ਜੋਸ਼ ਕੇ ਸਾਥ ਮਨਾਉਣੇ ਜਾ ਰਹੇ ਹੈ। ਪਿਛਲੇ 3 ਤਾਰੀਖ ਸੇ ਹਰ ਇੱਕ ਮੰਦਿਰ ਸੇ ਪ੍ਰਭਾਤ ਫੇਰੀ ਸ਼ੁਰੂ ਹੋਈ, ਸ਼ਹਿਰ ਕੇ ਅਲੱਗ ਅਲੱਗ ਮੰਦਿਰੋਂ ਸੇ ਰੋਜ਼ ਅਲੱਗ ਪ੍ਰਭਾਤ ਫੇਰੀ ਸ਼ੁਰੂ ਹੋਈ ਔਰ ਉਸੀ ਇੱਕ ਦਿਨ ਪਹਿਲੇ ਉਸੀ ਮੰਦਿਰ ਸੇ ਸੰਕੀਰਤਨ ਦਾ ਆਯੋਜਨ ਕੀਤਾ ਗਿਆ। 11 ਤਾਰੀਖ ਤੱਕ ਇਹ ਪ੍ਰਭਾਤ ਫੇਰੀ ਚਲੀ, ਆਜ 12 ਤਾਰੀਖ ਕੋ ਹਮਾਰੀ ਭਵਯ ਸ਼ੋਭਾ ਯਾਤਰਾ ਜੋ ਹੈ ਉਹ ਰਾਮ ਮੰਦਿਰ ਸੇ ਸ਼ੁਰੂ ਹੋਣੇ ਜਾ ਰਹੀ ਹੈ ਔਰ ਇਹ ਜੋ ਸਾਰੇ ਸ਼ਹਿਰ ਕੇ ਅੰਦਰ ਜੋ ਵਾਪਸ ਯਹੀਂ ਪੇ ਸਮਾਪਤ ਹੋਏਗੀ ਔਰ ਇਸਕਾ ਬਹੁਤ ਹੀ ਇੱਕ ਭਵਯ ਹੀ ਹੋਏਗੀ। ਉਸ ਪਰ ਕਾਫੀ ਆਕਰਸ਼ਣ ਜੋ ਹੈ ਹਮਾਰੀ ਮੂਰਤੀਆਂ ਹੈ ਜੋ ਹਮਨੇ ਇਸ ਸਾਲ ਖਰੀਦੀ ਹੈ, ਬੜੀ ਪਿੱਤਲ ਕੀ ਮੂਰਤੀਆਂ ਮੁਰਾਦਾਬਾਦ ਸੇ ਲੈ ਕੇ ਆਏ ਹੈ ਔਰ ਕੱਲ੍ਹ ਕੋ ਜੋ ਹੈ ਸ਼੍ਰੀ ਰਾਮ ਜਨਮ ਉਤਸਵ ਹੈ ਔਰ ਰਾਧਾ ਅਸ਼ਟਮੀ ਮੰਡਲ ਕੇ ਸਹਿਯੋਗ ਕੇ ਸਾਥ ਹਮ ਸੁਬਹ ਸੇ ਹੀ ਕੀਰਤਨ ਔਰ ਸੰਕੀਰਤਨ ਸ਼ੁਰੂ ਕਰੇਂਗੇ ਔਰ 12 ਵਜੇ ਸ਼੍ਰੀ ਰਾਮ ਕਾ ਜਨਮ ਹੋਤਾ ਹੈ ਉਹ ਜਨਮ ਸੈਲੀਬ੍ਰੇਟ ਕਰੇਂਗੇ ਔਰ ਇਸਕੇ ਸਾਥ ਹੀ ਬਾਅਦ ਮੇਂ ਲੰਗਰ ਕਾ ਇੰਤਜ਼ਾਮ ਵੀ ਹੈ। ਇਸ ਦੌਰਾਨ ਹਮਨੇ ਦੇਖਾ ਹੈ ਕਿ ਪ੍ਰਭਾਤ ਫੇਰੀਓ ਮੇਂ ਵੀ ਔਰ ਆਜ ਜੋ ਹੈ ਸ਼ੋਭਾ ਯਾਤਰਾ ਮੇਂ ਵੀ ਬਹੁਤ ਲੋਕੋ ਮੇਂ ਉਤਸਾਹ ਪਾਇਆ ਗਿਆ ਹੈ ਔਰ ਇਹ ਇੱਕ ਬਹੁਤ ਅੱਛੀ ਬਾਤ ਹੈ। ਪਿਛਲੇ ਵਰਸ਼ੋਂ ਮੇਂ ਕੁਛ ਦੇਖਾ ਥਾ ਕੁਛ ਕਮੀ ਰਹਿ ਗਈ ਥੀ ਵੋ ਇਸ ਸਾਲ ਹਮ ਕਮੀ ਪੂਰੀ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।